ਸਟੇਜ ਤੇ ਬਿਰਾਜਮਾਨ ਮੇਰੇ ਭਾਈ ਅਭੈ ਸਿੰਘ ਚੁਟਾਲਾ ਜੀ, ਉਹਨਾਂ ਦੇ ਨਾਲ ਇੰਡੀਅਨ ਨੈਸ਼ਨਲ ਲੋਕ ਦਲ ਦੀ ਲੀਡਰਸ਼ਿਪ ਸਾਹਿਬ ਬਲਰਾਜ ਕੁੰਡ ਜੀ, ਸ਼ੇਰ ਸਿੰਘ ਰਾਣਾ ਜੀ, ਵਰਿੰਦਰ ਮਰਾਠਾ ਜੀ, ਚੌਧਰੀ ਰਾਮਪਾਲ ਜੀ, ਸਰਦਾਰ ਸ਼ੇਰ ਸਿੰਘ ਜੀ ਤੇ ਹੋਰ ਇੰਡੀਅਨ ਨੈਸ਼ਨਲ ਲੋਕ ਦਲ ਦੀ ਲੀਡਰਸ਼ਿਪ, ਸਟੇਜ ਤੇ ਬਿਰਾਜਮਾਨ ਹਰਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਕੁਰਕਸ਼ੇਤਰ ਹਲਕੇ ਦੇ ਕੋਨੇ ਕੋਨੇ ਤੋਂ ਆਏ ਇੰਡੀਅਨ ਨੈਸ਼ਨਲ ਲੋਕ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਡੀਅਨ ਨੈਸ਼ਨਲ ਲੋਕ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੋਨੋਂ ਸਕੇ ਭਰਾਵਾਂ ਵਾਂਗੂ ਹੈ, ਦੋਨੋਂ ਪਾਰਟੀਆਂ ਕਿਸਾਨਾਂ ਦੀ ਪਾਰਟੀਆਂ, ਗਰੀਬ ਦੀ ਪਾਰਟੀਆਂ, ਮਜ਼ਦੂਰ ਦੀ ਪਾਰਟੀਆਂ, ਦੋਨੋਂ ਹੀ ਆਪਣੇ ਆਪਣੇ ਸੂਬੇ ਦੀ ਪਾਰਟੀਆਂ, ਦੋਨਾਂ ਦਾ ਰਿਸ਼ਤਾ ਕੋਈ ਸਿਆਸੀ ਰਿਸ਼ਤਾ ਨਹੀਂ, ਦਿਲ ਦਾ ਰਿਸ਼ਤਾ ਹੈ। ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ, ਹਰਿਆਣੇ ਦੇ ਲੋਕ ਸੋਚਦੇ ਹੈ ਕਿ ਸਾਡੀ ਸਰਕਾਰ ਬਣਦੀ ਹੈ। ਜਦੋਂ ਹਰਿਆਣੇ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦੀ ਸਰਕਾਰ ਬਣਦੀ ਹੈ, ਅਸੀਂ ਪੰਜਾਬ ਵਾਲੇ ਸੋਚਦੇ ਹਾਂ ਕਿ ਸਾਡੀ ਸਰਕਾਰ ਹੈ ਇੱਥੇ। ਦੋਨੋਂ ਪਾਰਟੀਆਂ ਜ਼ਮੀਨ ਨਾਲ ਜੁੜੀ ਹੋਈ ਪਾਰਟੀਆਂ, ਆਪਣੇ ਸੂਬੇ ਦੀ ਪਾਰਟੀਆਂ। ਚੌਧਰੀ ਦੇਵੀ ਲਾਲ ਜੀ ਤੇ ਵੱਡੇ ਬਾਦਲ ਸਾਹਿਬ ਸਾਰੀ ਜ਼ਿੰਦਗੀ ਉਹਨਾਂ ਨੇ ਕਿਸਾਨੀ ਦੀ ਲੜਾਈ ਲੜੀ, ਗਰੀਬ ਦੀ ਲੜਾਈ ਲੜੀ। ਜੇ ਆਜ਼ਾਦੀ ਦੇ ਬਾਅਦ ਜੇ ਆਪਾਂ ਕਿਸਾਨ ਨੇਤਾ ਦੀ ਗੱਲ ਕਰੀਏ, ਲੀਡਰਸ਼ਿਪ ਦੀ ਦੇਸ਼ ਦੀ ਗੱਲ ਕਰੀਏ, ਚੌਧਰੀ ਚਰਨ ਸਿੰਘ ਜੀ ਦਾ ਨਾਂ ਆਉਂਦਾ, ਚੌਧਰੀ ਦੇਵੀ ਲਾਲ ਜੀ ਦਾ ਨਾਂ ਆਉਂਦਾ, ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਦਾ ਨਾਂ ਆਉਂਦਾ। ਆਹ ਜਿਹੜੀ ਥੋੜ੍ਹੀ ਮੋਟੀ ਆਪਾਂ ਨੂੰ MSP ਮਿਲ ਰਹੀ ਹੈ ਕਣਕ ਤੇ ਝੋਨੇ ਦੀ, ਆਹ ਦਵਾਈ ਇਹਨਾਂ ਲੀਡਰਸ਼ਿਪ ਨੇ ਆ, ਨਹੀਂ ਤੇ ਇੱਥੇ MSP ਨਹੀਂ ਕੋਈ ਦਿੰਦਾ ਸੀ, ਕਿਸਾਨੀ ਦੀ ਕੋਈ ਗੱਲ ਨਹੀਂ ਕਰਦਾ ਸੀ। ਅੱਜ ਦੇਸ਼ ਵਿੱਚ ਜਿਹੜੀ ਆ ਲੜਾਈ ਲੜ ਰਹੇ ਹਾਂ ਆਪਾਂ ਪਾਰਲੀਮੈਂਟ ਦੀ, ਬੜੀ ਅਹਿਮ ਲੜਾਈ ਹੈ। ਇੱਕ ਪਾਸੇ ਮੈਂ ਹਰਿਆਣੇ ਦੀ ਗੱਲ ਕਰਨਾ ਚਾਹੁੰਦਾ, ਹਰਿਆਣੇ ਵਾਲਿਓ, ਤੁਹਾਡੀ ਇੱਕੋ ਇੱਕ ਪਾਰਟੀ ਇੱਥੇ ਇਲੈਕਸ਼ਨ ਲੜ ਰਹੀ ਹੈ, ਇੰਡੀਅਨ ਨੈਸ਼ਨਲ ਲੋਕ ਦਲ, ਤੁਹਾਡੀ ਹਰਿਆਣੇ ਦੀ ਹੈ। ਦੂਜੀ ਸਾਰੀ ਦਿੱਲੀਆਂ ਦੀ ਪਾਰਟੀਆਂ ਜਿਨ੍ਹਾਂ ਨੂੰ ਹੁਕਮ ਵੀ ਦਿੱਲੀਓਂ ਆਉਂਦੇ ਆ, ਇਹਨਾਂ ਦੇ ਹੁਕਮਰਾਨ ਦਿੰਦੇ ਆ, ਭਾਵੇਂ ਸੋਨੀਆ ਗਾਂਧੀ ਹੋਏ, ਭਾਵੇਂ ਮੋਦੀ ਸਾਹਿਬ ਹੋਣ, ਭਾਵੇਂ ਕੇਜਰੀਵਾਲ ਹੋਏ, ਉਹਨਾਂ ਦਾ ਲਗਾ ਹਰਿਆਣਾ ਨਹੀਂ ਆ, ਉਹਨਾਂ ਵੱਲ ਦੇਖਦੇ ਆ, ਦੂਜੇ ਸੂਬੇ ਸਾਡਾ ਜਿੱਥੇ ਨੰਬਰ ਜ਼ਿਆਦੇ ਆ ਉਹਦੀ ਗੱਲ ਕਰਦੇ ਆ। ਜਿਹੜੇ ਆਪਾਂ ਛੋਟੇ ਸੂਬੇ ਆ, ਸਾਡੇ 13 MP ਆਉਂਦੇ ਆ, ਤੁਹਾਡੇ 10 ਆਉਂਦੇ ਆ, ਉੱਤਰ ਪ੍ਰਦੇਸ਼ ਵਿੱਚ ਤਾਂ 80 ਆਉਂਦੇ ਆ। ਜਿਹੜੀ ਦਿੱਲੀ ਵਾਲੀਆਂ ਪਾਰਟੀਆਂ, ਇਹਨਾਂ ਦੀ ਨਿਗਾਹ ਸਾਰੀ
ਯੂਪੀ ਬਿਹਾਰ ਜਿੱਥੇ ਐਮਪੀ ਆਉਂਦੇ ਹੈ ਉਹਨਾਂ ਤਰਫ ਲੱਗੀ ਰਹਿੰਦੀ ਹੈ, ਉੱਥੇ ਕਿਵੇਂ ਤਰੱਕੀ ਹੋਏ, ਉੱਥੇ ਕਿਵੇਂ ਉਹਨਾਂ ਦੀ ਮੁਸ਼ਕਲਾਂ ਹੱਲ ਹੋਣ। ਕਿਤੇ ਕਿਸਾਨੀ ਦੀ ਨਹੀਂ ਗੱਲ ਕਰਦੇ, ਕਿਤੇ ਗਰੀਬ ਦੀ ਨਹੀਂ ਗੱਲ ਕਰਦੇ। ਤੁਸੀਂ ਦੇਖ ਲਿਆ, ਜੇ ਤੁਸੀਂ ਕਿਸਾਨੀ ਦੀ ਲੜਾਈ ਚਾਹੁੰਦੇ ਹੋ, ਕਿਸਾਨਾਂ ਦੇ ਹੱਕ ਦੀ ਲੜਾਈ, ਗਰੀਬ ਦੇ ਹੱਕ ਦੀ ਲੜਾਈ, ਫਿਰ ਆਪਾਂ ਨੂੰ ਆਪਣੇ ਖੇਤਰ ਦੀਆਂ ਪਾਰਟੀਆਂ ਨੂੰ ਤਕੜਾ ਕਰਨਾ ਪੈਣਾ ਹੈ। ਚੌਧਰੀ ਦੇਵੀ ਲਾਲ ਜੀ ਨੇ, ਬਾਦਲ ਸਾਹਿਬ ਨੇ ਸਦਾ ਲੜਾਈ ਲੜੀ ਕਿਸਾਨੀ ਤੇ ਗਰੀਬ ਦੀ ਲੜਾਈ। ਜਿੰਨੀ ਜਿੰਨੀ ਤਰੱਕੀ ਤੁਸੀਂ ਆਪਣੇ ਸੂਬਿਆਂ 'ਚ ਦੇਖੀ ਉਦੋਂ ਹੀ ਹੋਈ ਜਦੋਂ ਤੁਹਾਡੇ ਸੂਬੇ ਦੀਆਂ ਪਾਰਟੀਆਂ ਦਾ ਸਰਕਾਰ ਆਪਣੇ ਸੂਬੇ 'ਚ ਆਈ। ਅੱਜ ਦੇਸ਼ ਦੀ ਹਾਲਾਤ ਕੀ ਹੈ? ਇੱਕ ਪਾਸੇ ਭਾਰਤੀ ਜਨਤਾ ਪਾਰਟੀ ਹੈ, ਤੁਸੀਂ ਮੋਦੀ ਜੀ ਦਾ ਭਾਸ਼ਣ ਸੁਣ ਲਓ, ਅਮਿਤ ਸ਼ਾਹ ਜੀ ਦਾ ਭਾਸ਼ਣ ਸੁਣ ਲਓ, ਕਿਤੇ ਨਹੀਂ ਕਹਿਣਗੇ ਕਿਸਾਨ ਵਾਸਤੇ ਅਸੀਂ ਆਹ ਕੀਤਾ, ਗਰੀਬ ਵਾਸਤੇ ਆਹ ਕੀਤਾ। ਉਹਨਾਂ ਦਾ ਸਾਰਾ ਹੀ ਭਾਸ਼ਣ ਹੈ ਇੱਕ ਧਰਮ ਨੂੰ ਦੂਜੇ ਨਾਲ ਲੜਾਉਣ ਦਾ। ਆਹ ਜਿਹੜਾ ਦੇਸ਼ ਹੈ, ਆਹ ਸਾਰਿਆਂ ਦਾ ਦੇਸ਼ ਹੈ, ਆਹ ਹਿੰਦੂ ਸਿੱਖ ਮੁਸਲਿਮ ਕ੍ਰਿਸਚਨ ਸਾਰਿਆਂ ਦਾ ਦੇਸ਼ ਹੈ। ਆਹ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਸਾਰਿਆਂ ਦੀ ਹੈ, ਸਾਰੇ ਦੇਸ਼ ਦੇ ਲੋਕ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਇਹਦਾ ਚਾਹੀਦਾ ਜਿਹੜਾ ਇਕੱਲੇ ਇੱਕ ਧਰਮ ਦੀ ਗੱਲ ਕਰੇ ਤੇ ਦੂਜੇ ਦੀ ਨਾ ਕਰੇ। ਜੇ ਇਕੱਲੇ ਦੋ ਚਾਰ ਵਪਾਰੀਆਂ ਦੀ ਗੱਲ ਕਰੇ ਤੇ ਗਰੀਬ ਤੇ ਕਿਸਾਨ ਦੀ ਨਾ ਗੱਲ ਕਰੇ। ਜੇ ਤੁਸੀਂ ਆਪਣਾ ਸਹੀ ਮਿਹਨਤ ਤੇ ਆਪਣਾ ਤੁਹਾਡਾ ਆਪਣਾ ਕਿਸਾਨੀ ਦਾ ਤੇ ਗਰੀਬ ਦਾ ਰਾਜ ਚਾਹੁੰਦੇ ਹੋ ਤੇ ਜਿਹੜੀਆਂ ਪਾਰਟੀਆਂ ਤੁਹਾਡੀਆਂ ਉਹਨਾਂ ਨੂੰ ਤਕੜਾ ਕਰੋ। ਕਿਉਂਕਿ ਜਿੰਨੇ ਕਾਨੂੰਨ ਬਣ ਰਹੇ ਹੈ ਪਾਰਲੀਮੈਂਟ 'ਚ ਬਣਦੇ ਹੈ ਤੇ ਜਿਹੜੀ ਦਿੱਲੀ ਵਾਲੀਆਂ ਪਾਰਟੀਆਂ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਗਰੀਬ ਦੀ ਕੀ ਸਮੱਸਿਆ ਹੈ, ਕਿਸਾਨ ਦੀ ਕੀ ਸਮੱਸਿਆ ਹੈ। ਮੋਦੀ ਜੀ ਨੇ ਕਿਸਾਨੀ ਦੇ ਕਾਨੂੰਨ ਬਣਾ ਦੇ, ਕਿਸੇ ਨੂੰ ਪੁੱਛਿਆ ਨਹੀਂ। ਅਸੀਂ ਉਹਨਾਂ ਦੇ ਸਾਥੀ ਸੀ, ਸਾਨੂੰ ਨਹੀਂ ਬਣਾ ਕੇ ਪੁੱਛਿਆ। ਜਦੋਂ ਪਤਾ ਲੱਗਿਆ ਕਿ ਆਹ ਕਾਨੂੰਨ ਬਣਾਇਆ ਹੈ, ਅਸੀਂ ਨਾਲ ਦੇ ਨਾਲ ਉਸ ਇੰਡੀਆ ਨੂੰ ਛੱਡਿਆ ਤੇ ਉਹਨਾਂ ਦੀ ਸਰਕਾਰ ਨੂੰ ਛੱਡਿਆ। ਉਵੇਂ ਭਾਈ ਸਾਹਿਬ ਨੇ ਅਸਤੀਫਾ ਦਿੱਤਾ ਕਿਸਾਨੀ ਵਾਸਤੇ, ਤੁਹਾਡੇ ਵਾਸਤੇ। ਲੋਕੀ ਤਾਂ ਕੁਰਸੀ ਨਹੀਂ ਛੱਡਦੇ, ਸਰਪੰਚੀ ਨਹੀਂ ਛੱਡਦੇ, ਇੱਥੇ ਮੰਤਰੀ ਤੇ ਐਡੀ ਐਡੀ ਕੁਰਸੀਆਂ ਛੱਡ ਦਿੱਤੀਆਂ। ਕਿਉਂ? ਅਸੀਂ ਤੁਹਾਡਾ ਦਰਦ ਸਮਝਦੇ ਹਾਂ, ਤੁਹਾਡੀਆਂ ਤਕਲੀਫਾਂ ਸਮਝਦੇ ਹਾਂ।